शिव के दरवेश चैनल ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸਾਈਂ ਸਰਕਾਰ ਦਾ ਤਲਾਡਿਸ਼ਾ ਸਰਕਾਰ ਜੀ ਜ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹ ਸਾਨੂੰ ਪਿਆਰ ਕਿੰਨਾ ਕਰਦੇ ਨੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇੱਕ ਸਿਸਟਰ ਦਾ ਮੈਨੂੰ ਇੰਸਟਾਗ੍ਰam ਦੇ ਉੱਪਰ ਮੈਸੇਜ ਆਇਆ ਉਹ ਪੁੱਛਦੀ ਸੀ ਕਿ ਮੈਂ ਸਾਈਂ ਜੀ ਦੇ ਨਾਮ ਦੀ ਮਹਿੰਦੀ ਲਾਨੀ ਆ ਸਾਈਂ ਜੀ ਦੀ ਬੜੀ ਕਿਰਪਾ ਸਾਈਂ ਜੀ ਨਾਲ ਮੇਰਾ ਬੜਾ ਪਿਆਰ ਹੈ ਮੈਂ ਹਮੇਸ਼ਾ ਸਾਈਂ ਜੀ ਦੀਆਂ ਯਾਦਾਂ ਦੇ ਵਿੱਚ ਰਹਿਣੀ ਆ ਹਮੇਸ਼ਾ ਸਾਈਂ ਜੀ ਦੀ ਇਬਾਦਤ ਦੇ ਵਿੱਚ ਰਹਿਣੀ ਆ ਤਾਂ ਵੀਰਵਾਰ ਵਾਲੇ ਦਿਨ ਕਹਿੰਦੀ ਮੈਂ ਸਾਈਂ ਜੀ ਦੀ ਨਾਮ ਦੀ ਮਹਿੰਦੀ ਵੀ ਲਾਨੀ ਆ ਉਹ ਸਿਸਟਰ ਕਹਿੰਦੇ ਕਹਿੰਦੇ ਮੈਂ ਜਦੋਂ ਸਾਈਂ ਜੀ ਦੇ ਨਾਮ ਦੀ ਮਹਿੰਦੀ ਲਾਨੀ ਆ ਤਾਂ ਮੇਰੇ ਹੱਥ ਇੰਨੇ ਲਾਲ ਹੋ ਜਾਂਦੇ ਨੇ ਇੰਨੇ ਲਾਲ ਹੋ ਜਾਂਦੇ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਉਹ ਸਿਸਟਰ ਕਹਿੰਦੇ ਕਹਿੰਦੇ ਮੰਨ ਲਓ ਕਈ ਵਾਰ ਮੇਰੇ ਤੋਂ ਮਿਸ ਹੋ ਜਾਂਦਾ ਹੈ ਮਹਿੰਦੀ ਨਹੀਂ ਲੱਗਦੀ ਤਾਂ ਮੈਨੂੰ ਸੁਪਨੇ ਦੇ ਵਿੱਚ ਕੋਈ ਨਾ ਕੋਈ ਇਦਾਂ ਦੇ ਸੰਕੇਤ ਮਿਲ ਜਾਂਦੇ ਨੇ ਜਿੱਥੋਂ ਪਤਾ ਲੱਗ ਜਾਂਦਾ ਹੈ ਕਿ ਮੈਂ ਅੱਜ ਮਹਿੰਦੀ ਲਾਣਾ ਭੁੱਲ ਗਈ ਆ ਜਾਂ ਮੈਂ ਮਿਸ ਕਰਤਾ ਅੱਜ ਮਹਿੰਦੀ ਲਾਣਾ ਤਾਂ ਕਹਿੰਦੇ ਫੇਰ ਮੈਂ ਸਾਈ ਜੀ ਦੇ ਨਾਮ ਦੀ ਮਹਿੰਦੀ ਲਾਨੀ ਆ ਉਹ ਸਿਸਟਰ ਦਾ ਇਹ ਸਵਾਲ ਸੀ ਕਿ ਦੱਸੋ ਜਿਹੜੀ ਮੈਂ ਮਹਿੰਦੀ ਪੀਰਾ ਫਕੀਰਾਂ ਦੇ ਨਾਮ ਦੀ ਲਾ ਰਹੀ ਆ ਇਹ ਸਾਈ ਜੀ ਦੇ ਨਾਮ ਦੀ ਲਾ ਰਹੀ ਆ ਕਿਉਂ ਮਹਿੰਦੀ ਸਾਈ ਜੀ ਆਪ ਖੁਦ ਲਵਾ ਰਹੇ ਨੇ ਕਿਉਂ ਇੰਨਾ ਮਹਿੰਦੀ ਦਾ ਰੰਗ ਜਿਹੜਾ ਲਾਲ ਹੋ ਜਾਂਦਾ ਹੈ ਜਦੋਂ ਵੀ ਮੈਂ ਮਹਿੰਦੀ ਲਾਨੀ ਆ ਇਹਨਾਂ ਸਵਾਲਾਂ ਦੇ ਜਵਾਬ ਵਿੱਕੀ ਸਾਈ ਜੀ ਪਹਿਲਾਂ ਹੀ ਦੇ ਚੁੱਕੇ ਨੇ ਵਿੱਕੀ ਸਾਈ ਜੀ ਇੱਕ ਮਹਿੰਦੀ ਘਾ ਰਹੇ ਆ ਜਿਹਦੇ ਵਿੱਚ ਵਿੱਕੀ ਸਾਈ ਜੀ ਕਹਿ ਰਹੇ ਨੇ ਮੇਰੇ ਮੌਲਾ ਦੀ ਮਹਿੰਦੀ ਯਾਰ ਉਹ ਗੂੜੇ ਰੰਗ ਦੀ ਜੀ ਨੂੰ ਚੜ ਜਾਵੇ ਗੱਲ ਕਰੇ ਹੋਰ ਟੰਗ ਦੀ ਉਹ ਸਿਸਟਰ ਦਾ ਪਹਿਲਾ ਸਵਾਲ ਸੀ ਕਿ ਜੋ ਵੀ ਮੈਂ ਮਹਿੰਦੀ ਲਗਾ ਰਹੀ ਆ ਵੀਰਵਾਰ ਵਾਲੇ ਦਿਨ ਕੀ ਉਹ ਮਹਿੰਦੀ ਸਾਈ ਜੀ ਮੈਨ ਤੋਂ ਆਪ ਲਵਾ ਰਹੇ ਨੇ ਜਾਂ ਮੈਂ ਆਪਣੀ ਮਰਜ਼ੀ ਨਾਲ ਲਗਾ ਰਹੀ ਆ ਤਾਂ ਉਸ ਸਵਾਲ ਦਾ ਜਵਾਬ ਹੈ ਕਿ ਹਾਂ ਪੀਰ ਫਕੀਰ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਆਪਾਂ ਉਹਨਾਂ ਨੂੰ ਪੂਜ ਸਕਦੇ ਆ ਆਪਾਂ ਉਹਨਾਂ ਦੀ ਹਰ ਇੱਕ ਰਸਮ ਜਿਹੜੀ ਅਦਾ ਕਰ ਸਕਦੇ ਆ ਤਾਂ ਉਹਨਾਂ ਦੀ ਜਦੋਂ ਮਰਜ਼ੀ ਹੁੰਦੀ ਹੈ ਤਾਂ ਕਿਸੇ ਖਾਸ ਵਿਅਕਤੀ ਤੇ ਹੀ ਇਦਾਂ ਦਾ ਰੰਗ ਚੜਦਾ ਪੀਰ ਫਕੀਰ ਕਿਸੇ ਖਾਸ ਇਨਸਾਨ ਨੂੰ ਹੀ ਚੁੰਨਦੇ ਨੇ ਤੇ ਉਸ ਤੇ ਆਪਣਾ ਰੰਗ ਚਾੜਦੇ ਨੇ ਉਹ ਖਾਸ ਇਨਸਾਨ ਕਿਦਾਂ ਚੁਣਿਆ ਜਾਂਦਾ ਹੈ ਜੋ ਪੀਰਾਂ ਫਕੀਰਾਂ ਨਾਲ ਸੱਚੇ ਦਿਲੋਂ ਪਿਆਰ ਕਰਦਾ ਹੈ ਦਿਨ ਰਾਤ ਉਹਨਾਂ ਦੀ ਇਬਾਦਤ ਦੇ ਵਿੱਚ ਰਹਿੰਦਾ ਹੈ ਤਾਂ ਉਹਨਾਂ ਨੂੰ ਪੀਰ ਫਕੀਰ ਵੀ ਫਿਰ ਅੱਗੋਂ ਪਿਆਰ ਕਰਨ ਲੱਗ ਜਾਂਦੇ ਨੇ ਉਹਨਾਂ ਤੇ ਆਪਣਾ ਰੰਗ ਚਾੜਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸੇਵਾ ਚੰਗੀ ਲੱਗਦੀ ਹੈ ਸੇਵਾ ਦੇ ਨਾਲ ਹੀ ਪੀਰ ਫਕੀਰ ਖੁਸ਼ ਹੁੰਦੇ ਨੇ ਤੇ ਉਹਨਾਂ ਨੂੰ ਆਪਣਾ ਰੰਗ ਚਾੜਨਾ ਸ਼ੁਰੂ ਕਰ ਦਿੰਦੇ ਨੇ ਤੇ ਜੇ ਗੱਲ ਕਰੀਏ ਕਿ ਉਹ ਜਿਹੜੀ ਮਹਿੰਦੀ ਆ ਆਪਾਂ ਲਾਣੇ ਆ ਤਾਂ ਇਹਨੀ ਲਾਲ ਕ ਹੋ ਜਾਂਦੀ ਆ ਉੱਥੋਂ ਆਪਾਂ ਨੂੰ ਪਤਾ ਲੱਗ ਸਕਦਾ ਕਿ ਆਪਾਂ ਨੂੰ ਆਪਣੇ ਪੀਰ ਆਪਣੇ ਮੁਰਸ਼ਿਦ ਨੇ ਕਿੰਨਾ ਆਪਾਂ ਨੂੰ ਰੰਗ ਚਾੜ ਦਿੱਤਾ ਕਿੰਨਾ ਉਹ ਸਾਨੂੰ ਪਿਆਰ ਕਰਦੇ ਨੇ ਆਪਣੇ ਬੱਚਿਆਂ ਦੇ ਵਾਂਗ ਰੱਖਦੇ ਨੇ ਤਾਂ ਇਥੇ ਆਪਾਂ ਅੰਦਾਜ਼ਾ ਲਗਾ ਸਕਦੇ ਆ ਤਾਂ ਸਾਈ ਜੀ ਦੇ ਨਾਮ ਦੀ ਮਹਿੰਦੀ ਕਿਸੇ ਕਿਸੇ ਨੂੰ ਹੀ ਸਾਈ ਜੀ ਬਖਸ਼ਦੇ ਨੇ ਆਪਾਂ ਆਪਣੀ ਮਰਜ਼ੀ ਨਾਲ ਵੀ ਲਾ ਸਕਦੇ ਆ ਪਰ ਜਿਹੜੀ ਮਹਿੰਦੀ ਉਹ ਲਵਾਉਂਦੇ ਨੇ ਉਹ ਕਿਸੇ ਖਾਸ ਇਨਸਾਨ ਨੂੰ ਜਿਹੜਾ ਉਹਨਾਂ ਨਾਲ ਇਸ਼ਕ ਕਰਦਾ ਹੈ ਉਹਨਾਂ ਦੀ ਇਬਾਦਤ ਇਸ਼ਕ ਦੇ ਨਾਲ ਕਰਦਾ ਹੈ ਉਹਨਾਂ ਨੂੰ ਹੀ ਉਹ ਖਾਸ ਮੌਕੇ ਬਖਸ਼ਦੇ ਨੇ ਫਿਰ ਜਿਨ੍ਹਾਂ ਤੇ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦਾ ਰੰਗ ਚੜ ਜਾਂਦਾ ਤੇ ਫਿਰ ਵਿੱਕੀ ਸਾਈ ਜੀ ਕਹਿੰਦੇ ਨੇ ਕਿ ਮੇਰੇ ਮੌਲਾ ਦੀ ਮਹਿੰਦੀ ਯਾਰੋ ਗੂੜੇ ਰੰਗ ਦੀ ਜਿਹਨੂੰ ਚੜ ਜਾਵੇ ਗੱਲ ਕਰੇ ਹੋਰ ਢੰਗ ਦੀ ਫਿਰ ਉਹ ਹਮੇਸ਼ਾ ਰੱਬ ਦੀ ਇਬਾਦਤ ਦੇ ਵਿੱਚ ਰਹਿੰਦਾ ਤੁਸੀਂ ਦੇਖਿਆ ਵੀ ਹੋਣਾ ਜੋ ਵੀ ਜਿਨ੍ਹਾਂ ਨੂੰ ਵੀ ਪੀਰ ਫਕੀਰਾਂ ਨੇ ਮਹਿੰਦੀ ਬਖਸ਼ੀ ਹੈ ਉਹ ਹਮੇਸ਼ਾ ਰੱਬ ਦੀ ਇਬਾਦਤ ਦੇ ਵਿੱਚ ਰਹਿੰਦੇ ਨੇ ਆਪਣਾ ਇਸ਼ਕ ਜਿਹੜਾ ਸਾਈਂ ਜੀ ਪ੍ਰਤੀ ਜਾਂ ਪੀਰਾਂ ਫਕੀਰਾਂ ਪ੍ਰਤੀ ਸੱਚਾ ਇਸ਼ਕ ਲੈ ਕੇ ਹੀ ਉਹਨਾਂ ਦੀ ਇਬਾਦਤ ਕਰਦੇ ਨੇ ਏਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਜੇ ਹਜੇ ਵੀ ਤੁਹਾਡੇ ਮਨ ਦੇ ਵਿੱਚ ਇਸ ਟੌਪਿਕ ਨੂੰ ਲੈ ਕੇ ਕੋਈ ਵੀ ਪ੍ਰਸ਼ਨ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੀ ਵੈਬਸਾਈਟ ਦਾ ਲਿੰਕ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਇਸ ਚੀਜ਼ ਬਾਰੇ ਪੂਰਾ ਪੜ੍ਹ ਸਕਦੇ ਹੋ ਉੱਥੇ ਅਸੀਂ ਪੂਰਾ ਡੀਪਲੀ ਲਿਖਦੇ ਆ ਤਾਂ ਜੋ ਇੱਕ ਵੀ ਪ੍ਰਸ਼ਨ ਤੁਹਾਡੇ ਮਨ ਦੇ ਵਿੱਚ ਨਾ ਰਵੇ ਤੇ ਜੇ ਹੋਰ ਵੀ ਕੋਈ ਵਿਅਕਤੀ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਹੈ ਜੀ ਇੰਸਟਾਗ੍ਰam ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ